ਸਲਾਮਤ ਰਹੋ ਸਿਵਾਏ ਗਮੇ ਹੁਸੈਨ ਦੇ ਦੁਨੀਆਂ ਦਾ ਕੋਈ ਗਮ ਨਾ ਦੇਖੋ ਵਸਦਿਆਂ ਰਹਿਣ ਜਾਹੀ ਵਸਦੇ ਰਹਿਣ ਵਿਹੜੇ ਜਿੱਥਾਂ ਮੌਲਾ ਮਜ਼ਲੂਮ ਹੁਸੈਨ ਦਾ ਜ਼ਿਕਰ ਆਉਂਦਾ ਕੋਈ ਜ਼ਾਕਿਰ ਨਹੀਂ ਅਤੇ ਨਾ ਕਦਾ ਮਿੰਬਰ ਹੁਸੈਨ 'ਤੇ ਆ ਕੇ ਆਖਿਓ ਜੋ ਮੈਂ ਬਤੂਲ ਦੇ ਪੁੱਤਰ ਦਾ ਜ਼ਾਕਿਰ ਹਾਂ ਮੇਰਾ ਇਹ ਅਕੀਦਾ ਏ ਈਮਾਨ ਏ ਬਸ਼ਰ ਕਦਾਂ ਹੁਸੈਨ ਦਾ ਜ਼ਾਕਿਰ ਹੋ ਨਹੀਂ ਸਕਦਾ ਹੁਸੈਨ ਇੱਕ ਵਾਹਦਨ ਜਿਹਦੀ ਵਾਹਦਤ ਨੇ ਜ਼ਾਕਰੀ ਕੀਤੀ ਹੈ ਹੁਸੈਨ ਇੱਕੋ ਹਸਤੀ ਦਾ ਨਾਮ ਹੈ ਜਿਹਦੇ ਅੰਬਿਆ ਜ਼ਾਕਿਰ ਹਨ ਅਤੇ ਵੀ ਆਓ ਭੇਣ ਜ਼ਾਕਿਰ ਹੈ ਜਿਹੜੀ ਸ਼ਾਮ ਦੇ ਬਾਜ਼ਾਰ ਵਿੱਚ ਬਾਬੇ ਦੇ ਲੇਜੇ ਵਿੱਚ ਖੁਤਬੇ ਪੜ੍ਹ ਕੇ ਆਖਿਆ ਬਗੈਰ ਤਾਂ ਮੈਂ ਬਾਬੇ ਦੀ ਨਹੀਂ ਨਮਾਜ਼ੀ ਦੀ ਭੇਣ ਜ਼ਿੰਦਗੀ ਉਹ ਜ਼ਿੰਦਗੀ ਵੀ ਆਓ ਬਹਿਣ ਦਾ ਕਰਾਏ ਜਿਹੜੀ ਬਾਬੇ ਨਾਲ ਤਾਂ ਕਦਾ ਨਹੀਂ ਬੋਲੀ ਬਾਬਾ ਸਿੱਖ ਦਾ ਤੁਰ ਗਏ ਲੇਕਿਨ ਸ਼ਰਾਬੀ ਦੇ ਦਰਬਾਰ 'ਚ ਬਾਬੇ ਦੇ ਲਹਿਜੇ 'ਚ ਖੁਤਬੇ ਪੜ੍ਹ ਕੇ ਆਖਿਆ ਉਹ ਬਗੈਰ ਤਾਂ ਮੇਰੇ ਫਿਰਾ ਕੋ ਬਾਗੀ ਕਿਉਂ ਪੈਸਾ ਦਿੰਦੇ ਹੋ ਮੈਂ ਨਮਾਜ਼ੀ ਦੀ ਭੇਣ ਹਾਂ ਮੈਂ ਜ਼ਾਕਰਾਂ ਦਾ ਨੌਕਰ ਹਾਂ ਬਲਕਿ ਹਰ ਆਜ਼ਾਦਾਰ ਦਾ ਗੁਲਾਮ ਹਾਂ
ਮੌਲਾ ਹੁਸੈਨ ਦੇ ਅਦਾਦਾਰ ਦਾ ਬਹੁਤ ਬੜਾ ਮਕਾਮ ਹੈ। ਸਾਡੇ ਮਜ਼ਹਬ ਦਾ ਆਲਮ ਹੈ ਮੁਜਤਹਿਦਨ ਜਾੜਾ ਸਾਹਿਬ। ਉਹਨਾਂ ਦੇ ਲਫ਼ਜ਼ ਹਨ, ਉਹ ਫਰਮਾਉਂਦੇ ਹੁੰਦੇ ਹਨ, ਮੇਰਾ ਦਿਲ ਲਹਦੇ ਜਿਹੜੇ ਵੇਲੇ ਮਜਲਿਸ ਮਜ਼ਲੂਮ ਕਰਬਲਾ ਖਤਮ ਹੁੰਦੀ ਹੈ ਨਾ, ਮਰਦਾ ਵਾਲੇ ਪਾਸੋਂ ਜਨਾਬ ਅਲੀ ਦੀ ਰੂਹ ਆਖੜਦੀ ਹੋ ਸੀ, ਮਸਤੂਰਾ ਵਾਲੇ ਪਾਸੋਂ ਸਾਰੀ ਡੁੱਕੇ ਪਾਸੇ ਅਲੀ ਸਾਹਿਬ ਰੋ ਕੇ ਆਉਂਦੇ ਹੋ, ਸਿਰ ਤੁਹਾਡੀ ਮਿਹਰਬਾਨੀ ਹੈ, ਤੁਹਾਡੀ ਲਜਪਾਲੀ ਹੈ, ਤੁਹਾਡਾ ਅਹਿਸਾਨ ਹੈ, ਤੁਸੀਂ ਸਾਡੇ ਉਹ ਪੁੱਤਰ ਕੋਲ ਰੋਂਦੇ ਰਹੇ ਹੋ ਜਿਹਦੀ ਲਾਸ਼ ਅਤੇ ਭੈਣਾਂ ਰੱਜ ਕੇ ਨਾ ਰੋਂਦੀਆਂ। ਯਾਰਾ ਮੁਹਰਮ ਦਰੀ ਕੋ ਮੇਰਾ ਦੀ ਲਾਸ਼ ਅਤੇ ਇਹੋ ਕੁਝ ਆ ਕੇ ਤੁਰੀਏ ਹੁਸੈਨ ਮੈਂ ਕੋ ਰੋ ਮਾਰ ਨਹੀਂ ਲੈਂਦੇ ਜ਼ਿੰਦਗੀ ਹੋਈ। ਮੈਂ ਸਾਕਰਾ ਦਾ ਦਾਰਾਂ ਦਾ ਨੌਕਰ ਹਾਂ, ਜਿਹੜਾ ਲਾਦਾ ਜਿਹੜਾ ਵਕਤ ਜਿਹੜਾ ਟਾਈਮ ਮਜਲਿਸ ਪੜਸਾਂ ਮਜ਼ਲੂਮ ਦੀ ਇਵੇਂ ਪੜਸਾਂ ਜਿਵੇਂ ਨਮਾਜ਼ ਦੀ ਨਮਾਜ਼ ਪੜ੍ਹਦਾ ਹੈ। ਟਾਈਮ ਮੈਂ ਕੋਈ ਦੱਸਾਇਆ ਨਹੀਂ, ਕੋਸ਼ਿਸ਼ ਕਰੇ ਸਾਂ ਮੈਂ ਆਪਣੇ ਟਾਈਮ ਤੋਂ ਇੱਕ ਮਿੰਟ ਪਹਿਲਾਂ ਹੀ ਛੋੜ ਦੇਵਾਂ ਕਿਉਂਕਿ ਬਜ਼ੁਰਗ ਆਏ ਹੋਏ ਹਨ। ਆਪਣੇ ਟਾਈਮ ਦੇ ਅੰਦਰ ਮੈਂ ਆਖੋ ਤਾਂ ਇੱਕ ਗੱਲ ਸੁਣਾਇਆ, ਗੱਲ ਇੱਕ ਹੈ, ਉਹਦੇ ਵਿੱਚ ਮੌਲਾ ਹੁਸੈਨ ਦੇ ਉਬਦਾਰ ਦੀ ਫਜ਼ੀਲਤ, ਜਨਾਬ ਅਲੀ ਦੀ, ਸੈਯਦ ਉਲ ਅੰਬਿਆ ਦੀ, ਅਤੇ ਜਨਾਬ ਅਲੀ ਦੇ ਬੁਗਜ਼ ਰੱਖਣ ਵਾਲੇ ਦੀ ਸਜ਼ਾ, ਮਿੰਟ ਤ੍ਰੈ ਗੱਲ ਇੱਕ। ਕਿਤਾਬ ਦਾ ਨਾਂ ਹੈ ਮਿੰਬਰ ਓ ਮਿਹਰਾਬ, ਮਿੰਬਰ ਓ ਮਿਹਰਾਬ ਵਾਲਾ ਲਿਖਦਾ ਹੈ ਨਬੀ ਦੇ ਮਿੰਬਰ ਦੀਆਂ ਚਾਰ ਪੌੜੀਆਂ, ਉਤਲੀ ਉਤਲੀ ਅਤੇ ਨਬੀਆਂ ਦਾ ਸੁਲਤਾਨ, ਚੌਥੀ ਅਤੇ ਬਾਹਾ, ਤ੍ਰੀਜੀ ਅਤੇ ਪੈਰ ਰੱਖ ਕੇ ਆਵਾਜ਼ ਫਰਮਾਇਨਾ, ਨਬੀਆਂ ਦਾ ਸੁਲਤਾਨ ਦੁਨੀਆਂ ਤੋਂ ਟੁਰ ਗਿਆ, ਨਬੀ ਦੇ ਬਾਅਦ ਆਇਆ ਪਹਿਲਾ, ਉਹ ਮਿੰਬਰ ਤੋਂ ਡਿੱਠਾ ਅਤੇ ਮੈਂ ਉੱਥਾਂ ਨਾ ਬਾਸਾਂ ਜਿੱਥਾਂ ਨਬੀ ਬਹਿੰਦਾ, ਮੈਂ ਉੱਥਾਂ ਬਾਸਾਂ ਜਿੱਥਾਂ ਨਬੀ ਪੈਰ ਰੱਖ ਕੇ ਬਹਿੰਦਾ। ਇਹ ਤ੍ਰੀਜੀ ਪੌੜੀ 'ਤੇ ਬੈਠਾ, ਇਹਦੇ ਬਾਅਦ ਦੂਜਾ ਆਇਆ, ਇਹ ਕਿ ਮੈਂ ਉੱਥਾਂ ਨਾ ਬਾਸਾਂ ਜਿੱਥਾਂ ਨਬੀ ਬਹਿੰਦਾ, ਉੱਥੇ ਹੀ ਨਾ ਬਾਸਾਂ ਜਿੱਥਾਂ ਪਹਿਲਾਂ ਬਹਿੰਦਾ, ਮੈਂ ਉੱਥਾਂ ਬਾਸਾਂ ਜਿੱਥਾਂ ਪਹਿਲਾਂ ਪੈਰ ਰੱਖ ਕੇ ਬਹਿੰਦਾ ਹੈ, ਦੂਜੀ 'ਤੇ ਬੈਠਾ ਅਤੇ ਆਖਰੀ 'ਤੇ ਪੈਰ, ਤ੍ਰੀਜਾ ਆਇਆ ਉਹ ਆਖਰੀ ਆਖਰੀ 'ਤੇ ਬੈਠਾ ਅਤੇ ਜ਼ਮੀਨ ਉੱਤੇ ਪੈਰ ਰੱਖੇ। ਮਿੰਬਰ ਦੀ ਕਸਮ ਹੈ, ਹੁਣ ਵਾਰੀ ਹੈ ਨਾ ਹਸਨੈਨ ਦੇ ਬਾਬੇ ਦੀ, ਜਨਾਬ ਅਲੀ ਆਵਣੇ ਹੈਨ, ਸਾਰੀ ਰਾਤ ਮਦੀਨੇ 'ਚ ਹਲ ਚੱਲ ਲਈ, ਸੀੜੀ ਤਾਂ ਬੱਚੀ ਕੋਈ ਨਹੀਂ, ਬੱਚੇ ਬੁੱਢੜੇ ਜਵਾਨ ਸਾਰੇ ਸੁਚੇਂਦੇ ਪੈਣ, ਸੁਬਾਹ ਹੁੰਦਾ ਕਿਆ ਹੈ, ਸਾਰਿਆਂ ਹਿਕਮੈ ਦਾ ਵੀ ਇਹਤਰਾਮ ਕੀਤਾ, ਨਬੀ ਦਾ ਵੀ ਕੀਤਾ, ਸ਼ਾਇਦ ਜਨਾਬ ਅਲੀ ਮਿੰਬਰ ਦੇ ਨਾਲ ਖੜ ਕੇ ਆਵਾਜ਼ ਫਰਮੇ ਸਨ ਜਾਂ ਮਿੱਟੀ 'ਤੇ ਬਹਿ ਕੇ ਆਵਾਜ਼ ਫਰਮੇ ਸਨ। ਸਾਰੀ ਰਾਤ ਮਦੀਨੇ ਛਲ ਚੱਲੇ, ਬੱਚੇ ਬੁੱਢੜੇ ਜਵਾਨ ਸੁਚੇਂਦੇ ਰਹੇ, ਸੁਬਾਹ ਹੁੰਦਾ ਕਿਆ ਹੈ, ਜਿਹੜੇ ਵੇਲੇ ਡੀਂਹ ਹੋਇਆ ਨਾ ਦਰਬਾਰ 'ਚ ਰਸ਼ ਇਤਨਾ, ਤਿਲ ਧਰਨ ਦੀ ਜਾ ਕੋਈ ਨਹੀਂ, ਮਿੰਬਰ ਦੀ ਕਸਮ ਹੈ। ਹਸਨੈਨ ਦਾ ਬਾਬਾ ਆਇਆ, ਪਹਿਲੀ ਪੌੜੀ 'ਤੇ ਪੈਰ ਰੱਖਾ, ਦੂਜੀ 'ਤੇ ਪੈਰ ਰੱਖਾ, ਤ੍ਰੀਜੀ 'ਤੇ ਪੈਰ ਰੱਖਾ, ਉੱਥਾਂ ਆ ਕੇ ਬਹਿ ਗਏ ਜਿੱਥਾਂ ਨਬੀਆਂ ਦਾ ਸੁਲਤਾਨ ਬਹਿੰਦਾ। ਹੋਏ 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 ਹੋਏ, ਮਿੰਬਰ ਦੀ ਕਸਮ, ਜ਼ਿੰਦਗੀ ਹੋਏ, ਜ਼ਿੰਦਗੀ ਹੋਏ। ਮੇਰਾ ਇੱਥਾ ਪਹਿਲਾ ਚਾਂਸ ਸੀ, ਮੌਲੀ ਸਾਹਿਬ ਕੋ ਸੁਣਦੇ ਬੈਠੇ ਤੇ ਮੈਂ ਢੇਰ ਸਾਰਾ ਡਰਿਆ ਬੈਠਾ ਹੈ, ਅਲਹਿੰਦੇ ਤਾਂ ਇੰਨਾ, ਮੇਰੇ ਸਫ਼ਰ ਦੀ ਥਕਾਨ ਮੁੱਕ ਗਈ, ਬਸ 3 ਮਿੰਟ ਦੇਖੋ, ਮੈਂ ਕੋਸ਼ਿਸ਼ ਕੀਤੀ ਹੈ 4 ਸਾਲ ਦਰਸ ਆਲਮ ਮੁਹੰਮਦ ਚਲਾਇਨ, ਲੇਕਿਨ ਵੱਧ ਵੀ ਕੋਸ਼ਿਸ਼ ਕਰੇ ਸਾਂ, ਅੱਧਾ ਮਿੰਟ ਦੇਖੋ ਮੈਂ ਕਸੀਦਾ ਵੀ ਸੁਣਾ ਸਾਂ। ਮਿੰਬਰ ਦੀ ਕਸਮ ਹੀ, ਉੱਥਾਂ ਆ ਕੇ ਬਹਿ ਗਿਆ ਜਿੱਥਾਂ ਨਬੀਆਂ ਦਾ ਸੁਲਤਾਨ ਬਹਿੰਦਾ, ਨਾਲ ਖੜਾ ਬੁਗਜ਼ੇ ਅਲੀ ਰੱਖਣ ਵਾਲਾ, ਬੋਲ ਕੇ ਆਦੇ ਸਾਈਂ ਤੁਸਾਂ ਨਬੀ ਦਾ ਵੀ ਇਹਤਰਾਮ ਨਹੀਂ ਕੀਤਾ, ਇਹਨਾਂ ਤ੍ਰੀ ਦਾ ਵੀ ਇਹਤਰਾਮ ਨਹੀਂ ਕੀਤਾ, ਤੁਸਾਂ ਉੱਥਾਂ ਆ ਕੇ ਬਹਿ ਗਏ ਹੋ ਜਿੱਥਾਂ ਨਬੀਆਂ ਦਾ ਸੁਲਤਾਨ ਬਹਿੰਦਾ, ਤੇਰੇ ਆਖਣ ਉੱਥਾਂ ਆ ਕੇ ਬਹਿ ਗਏ ਹੋ, ਨਬੀ ਦਾ ਇਹਤਰਾਮ ਨਹੀਂ ਕੀਤਾ, ਤੁਸਾਂ ਉੱਥਾਂ ਆ ਕੇ ਬਹਿ ਗਏ ਹੋ ਜਿੱਥਾਂ ਨਬੀਆਂ ਦਾ ਸੁਲਤਾਨ ਬਹਿੰਦਾ। ਸਹੀ ਫਰਮਾਇਆ, ਭੌਂਖ ਨਾ ਕੁੱਤਾ, ਇਹ ਤਾਂ ਲੱਕੜੀ ਹੈ ਉਹ ਵੇਲੇ ਕਿਨ ਗਿਆ ਵੇ, ਜਿਹੜੇ ਵੇਲੇ ਮੈਂ ਨਬੀ ਦੀ ਮੋਹਰ 'ਤੇ ਬਹਿ ਕੇ ਬੁੱਤ ਬਣਿਆ। ਜ਼ਿੰਦਗੀ ਹੋ, ਜ਼ਿੰਦਗੀ ਹੋ, ਯਾ ਅਲੀ ਯਾ ਅਲੀ ਯਾ ਅਲੀ, ਜ਼ਿੰਦਗੀ ਹੋ, ਜ਼ਿੰਦਗੀ ਹੋ, ਜੀਓ ਪਏ। ਜਨਾਬ ਅਲੀ ਦਾ ਆਖਣਾ ਕੁੱਤਾ, ਦਰਬਾਰ 'ਚ ਕੁੱਤਾ ਬਣ ਕੇ ਨਿਕਲਾ। ਅਮਰ ਇਬਨ ਅਬਦੋ ਬੁੱਧ ਕਦਾਂ ਕਈ ਮਕਾਮ 'ਤੇ ਆਖਿਆ, ਹਾ
ਕੋਈ ਇਹ ਜਿਹੜਾ ਕੁੱਤੇ ਦੀ ਜ਼ਬਾਨ ਬੰਦ ਕਰੇ ਤਾਰੀਖ ਵਿੱਚ ਮੈਨੂੰ ਕੋਈ ਲਿਖਾ ਸਕਦੇ? ਨਬੀ ਆਖਿਆ ਕੋਈ ਇਹ ਜਿਹੜਾ ਕੁੱਤੇ ਦੀ ਜ਼ਬਾਨ ਬੰਦ ਕਰੇ ਉਹ ਕੁੱਤਾ ਬਣਿਆ ਨਾ। ਅਲੀ ਆਖਿਆ ਕੁੱਤਾ ਬਣ ਕੇ ਨਿਕਲਾ ਆਪਣੇ ਮਹੱਲੇ 'ਚ ਆਇਆ, ਮੈਂ ਬਜ਼ੁਰਗ ਕੋ ਜ਼ਿਆਦਾ ਬਲਾਵਾਂ ਨਾ, ਮਿੰਬਰ ਦੀ ਕਸਮ ਹੈ ਮੇਰੇ ਦੇਹ ਵਿੱਚ ਖਲਲ ਪਿਆ ਦੇ, ਮੈਂ ਕੋ ਬਜ਼ੁਰਗ ਦੁਆ ਦੇਵੇ। ਲੇਕਿਨ ਇਵੇਂ ਆਇਆ ਜਿਹੜੇ ਵੇਲੇ ਆਪਣੇ ਮਹੱਲੇ 'ਚ ਕੁੱਤਾ ਬਣ ਕੇ ਨਾ, ਉੱਥੋਂ ਦੇ ਕੁੱਤਿਆਂ ਕੋਈ ਡਿੱਠਾ ਕੋਈ ਨਵਾਂ ਕੁੱਤਾ ਹੈ ਸਾਡੇ ਖਾਵਣ ਪੀਵਣ ਦੇ ਸ਼ਰੀਕ ਪਿਆ ਆਉਂਦੇ, ਉਹ ਇਹਦੇ ਨਾਲ ਲੜੇ, ਲਹੂ ਲੁਹਾਨ ਕੀਤਾ, ਲਹੂ ਲੁਹਾਨ ਹੋ ਕੇ ਗਲੀਜ਼ ਹੋ ਕੇ ਆਪਣੇ ਵਿਹੜੇ 'ਚ ਆਇਆ। ਇਹਦੀ ਬੀਵੀ ਉਹਲੇ ਰੋਟੀ ਪੱਕੇਂਦੀ ਬੈਠੀ, ਜੱਡਣ ਵੀ ਕੋਈ ਬੀਬੀ ਚੁੱਲ੍ਹੇ 'ਤੇ ਖਾਵਣ ਪੀਵਣ ਦਾ ਸਮਾਨ ਇਕੱਠਾ ਕਰੇ, ਨਾਲ ਇੱਕ ਲੰਬੀ ਜਿਹੀ ਛੜੀ ਰੱਖਦੀਆਂ, ਮਤਾਂ ਕੋਈ ਨਜ਼ਰ ਤੋਂ ਲੈਣ ਛਾਇਆ ਹੋਵੇ, ਮੈਂ ਕੋਈ ਪਿੱਛਾ ਵਾਲੇ ਸਾਂ, ਇਹ ਗਲੀਜ਼ ਹੋ ਕੇ ਆਪਣੇ ਵਿਹੜੇ 'ਚ ਆਇਆ। ਇਹਦੀ ਬੀਵੀ ਇਹਦੇ ਪਾਸੇ ਡਿੱਠਾ, ਇਹਨੇ ਛੜੀ ਚਾਹੀ ਮਾਰਨ ਦਾ ਇਰਾਦਾ ਕੀਤਾ, ਬੋਲ ਕੇ ਆਦੇ ਮਾਰੇ ਮਾਰੇ ਨਹੀਂ, ਮੈਂ ਤੇਰਾ ਸ਼ੌਹਰ ਆ, ਜਦ ਆਖਸ ਮਾਰੇ ਨਹੀਂ ਮੈਂ ਤੇਰਾ ਸ਼ੌਹਰ ਆ। ਇਹਦੀ ਬੀਵੀ ਦੇਖ ਕੇ ਆਦੀ ਕੁੱਤਾ ਬਣ ਗਿਆ, ਐਵੀ ਕੁੱਤਾ ਨੇ ਭੌਂ ਗਿਆ, ਹੋਏ ਹੋਏ ਜ਼ਿੰਦਗੀ ਹੋ ਆਦੇ ਤੈਕੂ ਕਿਵੇਂ ਪਤਾ ਆ ਜੀ? ਬਸ ਮੈਂ ਕੋ ਪਤਾ ਹੈ ਜਿਹੜਾ ਹੋਈ ਐਲੀ ਕੋ ਬੌਂਕੇ ਉਹ ਕੁੱਤਾ ਹੁੰਦਾ ਹੈ। ਕੀ ਆਖੇ ਹਸਨੈਨ ਦੇ ਬਾਬੇ ਕੋ? ਇਹ ਆਦੇ ਮੈਂ ਵੀ ਤਾਂ ਕੁਝ ਨਹੀਂ ਆਖਿਆ। ਨਬੀ ਅਲੀ ਜਹਾਂ ਤੇ ਆ ਕੇ ਤੁਸਾਂ ਬਹਿ ਗਏ ਹੋ, ਇਹਨਾਂ ਤਰੀ ਹਿਕਮਤ ਦਾ ਇਹਤਰਾਮ ਨਹੀਂ ਕੀਤਾ ਹੈ, ਤੁਸਾਂ ਨਬੀ ਦਾ ਵੀ ਇਹਤਰਾਮ ਨਹੀਂ ਕੀਤਾ, ਇਹਨਾਂ ਤਰੀ ਦਾ ਵੀ ਨਹੀਂ ਕੀਤਾ, ਕਿਆ ਤੁਸਾਂ ਇਹਨਾਂ ਤਰੀ ਕਨ ਵੱਧ ਆਓ? ਜਦੋਂ ਇਸ ਕੁੱਤੇ ਆਖਾ ਮੈਂ ਇਹੋ ਕੁਝ ਆਖਿਆ, ਤਰੀ ਕਨ ਵੱਧ ਆਓ? ਇਹਦੀ ਬੀਵੀ ਇਹੀ ਮੋਮਨਾ ਇਹਦੇ ਪਾਸੇ ਦੇਖ ਕੇ ਆਦੀ, ਤੂੰ ਇਹਨਾਂ ਤਰੀ ਦਾ ਪੁੱਛਦਾ ਹੈ? ਮੈਂ ਕਨਵੇ ਦਾ ਅਕੀਦਾ ਪੁੱਛਦਾ ਹੈ, ਅਲੀ ਅੰਬੀਆ ਕਨ ਅਫਜ਼ਾਲੇ। ਇਹ ਘੰਟੇ ਦਾ ਮਜ਼ਮੂਨ ਹੈ, ਲੇਕਿਨ ਇੱਕ ਅੱਧਾ ਸੈਕਿੰਡ ਦੇਖੋ, ਬਸ ਮੈਂ ਇੱਕ ਨਬੀ ਦਾ ਦੱਸਾਂ ਵਾ ਯਾਰ। ਅੱਛਾ ਦੱਸਾ ਸਕਦੇ ਮੂਸਾ ਤੂੰ ਕਿਵੇਂ ਅਫਜ਼ਲ ਹੈ? ਕੁੱਤਾ ਪਿਆ ਦੇ ਬੀਵੀ ਕੋ ਦੱਸਾ ਸਕਦੀ ਮੂਸਾ ਤੂੰ ਕਿਵੇਂ ਅਫਜ਼ਲ ਹੈ? ਤੈਨੂੰ ਪਤਾ ਕੋਈ ਨਹੀਂ? ਜਿਹੜੇ ਵੇਲੇ ਮੂਸਾ ਖੜਾ ਹਾ, ਕਾਫਰਾਂ ਆ ਕੇ ਕਈ ਰੱਸੀ ਸੱਟੀ, ਕਈ ਲੱਕੜ ਸੱਟੀ, ਜਿਹਦੇ ਕੋਲ ਜਿਹੜੀ ਸ਼ੈ ਆਈ ਉਹ ਜ਼ਮੀਨ 'ਤੇ ਸੱਟੀ, ਉਹ ਨਾਂਗ ਬਣ ਗਏ। ਮੂਸਾ ਸਾਹਮਣੇ ਦੇਖੇ ਨਾਂਗ, ਸੱਜੂ ਦੇਖੇ ਨਾਂਗ, ਖੱਬੂ ਦੇਖੇ ਨਾਂਗ, ਪਿੱਛਾ ਦੇਖੇ ਨਾਂਗ, ਮੂਸਾ ਡਰਿਆ ਖੜਾ। ਉਹਲੇ ਪੈਗਾਮ ਆਇਆ, ਲਾ ਤਖਜ਼, ਡਰ ਨਾ, ਇਹ ਜਿਹੜਾ ਹੱਥ 'ਚ ਆਸਾਈ ਜ਼ਮੀਨ 'ਤੇ ਸੱਟ, ਮੂਸਾ ਆਸਾ ਸੱਟਾ, ਉਹ ਨਾਂਗ ਬਣ ਕੇ ਇਹਨਾਂ ਸਾਰਾ ਨਾਂਗਾ ਤੂੰ ਖਾ ਗਿਆ। ਜਿਹੜਾ ਨਾਂਗ ਤੂੰ ਡਰਿਆ ਖੜਾ ਹੋਏ ਉਹ ਕੋ ਮੂਸਾ ਨਬੀ ਆਹਦਨ, ਜਿਹੜਾ ਅੱਜ ਦਾ ਹਾ ਕੁੱਤੀ ਗਏ ਚਚੀਰੇ ਉਹ ਕੋ ਐਨੀ ਹੋਏ ਹੋਏ। ਇਹਦੀ ਬੀਵੀ ਥਾਈ ਖੜ ਕੇ ਜਨਾਬੇ ਅਲੀ ਦੀ ਸ਼ਾਨ ਬਿਆਨ ਕੀਤੀ, ਅੱਲਾਹ ਦੀ ਸ਼ਾਨ ਕੋ ਹਮ ਦੱਸਦਨ, ਨਬੀ ਦੀ ਸ਼ਾਨ ਕੋ ਨਾ ਤਹਦਨ, ਅਤੇ ਜਨਾਬੇ ਅਲੀ ਦੀ ਸ਼ਾਨ ਕੋ ਕਸੀਦਾ ਹਦਨ। ਜਾਂ ਇਨ ਕੀ ਉਹਨਾਂ ਆਖਾ ਸ਼ਾਨ ਬਿਆਨ ਕੀਤੀ ਜਾਂ ਕਸੀਦਾ ਪੜ੍ਹਿਆ, ਆਖੋ ਤੇ ਮੈਂ ਉਹ ਇੱਕ ਸ਼ੇਰ ਕਸੀਦੇ ਦਾ ਸੁਣਾ ਦੇਵਾਂ। ਸ਼ਾਨੀ ਮੌਲਾ ਅਲੀ ਦਾ ਜ਼ਮਾਨੇ ਉਤੇ ਜੇ ਕੋਈ ਅੱਲਾਹ ਬੜਾ ਤਾਂ ਮੈਨੂੰ ਵਿਖਾ। ਸ਼ਾਨੀ ਮੌਲਾ ਅਲੀ ਦਾ ਜ਼ਮਾਨੇ ਉਤੇ ਜੇ ਕੋਈ ਅੱਲਾਹ ਬੜਾ ਜ਼ਮਾਨੇ ਉਤੇ ਲੱਖਾਂ ਆਏ ਵਲੀ ਜ਼ਮਾਨੇ ਉਤੇ ਜੇ ਕੋਈ ਕਾਬੇ 'ਚ ਆਏ ਤਾਂ ਮੈਨੂੰ ਵਿਖਾ। ਕਹਿੰਦਾ ਜਿਬਰੀਲ ਝੂਲਾ ਝੁਲੇਂਦਾ ਹੋਵੇ, ਕਹਿੰਦਾ ਪਾਸ਼ਾ ਕਾਇਲ ਪੁੱਤਰਾ ਕੁਮੋਰੇ ਨਬੂਅਤ ਉਤੇ ਕਰ ਨਬੀ ਸਹੀ ਚੜਾਏ ਤਾਂ ਮੈਨੂੰ ਵਿਖਾ। ਜੋ ਕੁੰਜ ਸੈਯਦਾਂ ਦੇ ਦਰ ਤੇ ਤੂੰ ਵੈਰਾਂ ਦਾ ਪਿਆਰ ਛੱਡ ਦੇ, ਹਿਵੀ ਆਖਰ ਇੱਕ ਨੀ ਮਰਨਾ, ਅਸੀਂ ਮੁਸ਼ਕਲ ਪੁਲ ਤੂੰ ਗੁਜ਼ਰਨਾ, ਤੂੰ ਕੂੜਾ ਕਾਰੋਬਾਰ ਛੱਡ ਦੇ। ਪਿਆਦਾ ਤੇਰੀ ਸਰਹੱਦ ਤੇ ਤ੍ਰੈ ਮਹਾਮਲ ਆਏ, ਚੇਹਲਮ ਦੀ ਮਜਲਿਸ
ਸ਼ਬੀ ਬਰਾਮਦ ਸੀ ਸ਼ਬੀ ਆਲਾ ਮਜ਼ਮੂਮ ਸ਼ਾਹ ਸਗੁਣੀ ਪੜਸੈ ਮੈਂ ਮੌਕੇ ਦਾ ਮਜ਼ਮੂਮ ਪਿਆ ਪੜਦਾ ਚੂਕੇ ਚੇਲਮ ਦੀ ਮਜਲਿਸ ਤੋਂ ਨਾ ਪੜਨੀ ਕੋਈ ਨਹੀਂ ਸ਼ਬੀ ਬਰਾਮਦ ਕਰਾਉਣੀ ਹੈ ਮੈਂ ਵਾਪਸੀ ਪੜ ਕੇ ਪਿਆਦਾ ਤੇਰੀ ਸਰਹੱਦ ਤੇ ਤਰਾਏ ਮਾਮਲ ਆਵੇ ਤੇ ਕਹੇ ਮੁਲਕ ਦੀ ਕੈਦ ਗੁਜ਼ਾਰੇ ਇਹਨੂੰ ਆਲ ਖੁੱਲੇ ਮਸਦੂਰਾਂ ਦੇ ਰਾਤ ਰੋਂਦਾ ਇੱਕ ਸਾਡਾ ਗਾਵੀ ਰਿਸ਼ਤਾ ਦਾਰੇ ਡਿਡ ਮਿੰਟ ਕੋਈ ਬੰਦ ਸੁਣਾ ਮਿੰਬਰ ਦੀ ਕਸਮ ਕਰਬਲਾ ਚਾਹ ਖੜੀ ਰਹੀ ਉੱਥੋਂ ਵੱਲ ਲਈਏ ਜਿੱਥੇ ਕਈ ਕਈ ਘੰਟੇ ਖੜੀ ਰਹੀਏ ਊ ਜਾ ਤੇ ਆਈਏ ਜਿੱਥਾ ਬਿਰਾ ਮਰਾ ਕੇ ਟੁਰ ਗਈ ਜਾ ਫਿਰ ਅੱਗੋਂ ਵੱਲ ਆ ਦੇ ਪਰਦੇਸੀ ਮੁਸਾਫਿਰ ਸਹੀ ਤੇਰਾ ਸਲਾਮ ਹੋਈ ਸਯਦਾ ਦੇ ਅਲੈਕਾ ਸਲਾਮ ਇਸ਼ਾਰਾ ਕਰਕੇ ਦੇ ਤੁਰ ਸਕਦੇ ਹਨ ਤਲਹਾ ਚਾ ਨਹੀਂ ਤਾਂ ਬਾਹਰੋਂ ਲੰਘਵੈਣ ਜੰਗਲ ਨਹੀਂ ਹੈ ਜੰਨਤ ਬੀਬੀਆਂ ਦੀ ਸਜਾਦ ਕੋਈ ਮੁੱਖਾ ਨਹੀਂ ਹੈ ਆਦੇ ਫੁੱਪੀ ਆਇਆ ਤਾਂ ਪਰਚਾਵਣ ਲੇਕਿਨ ਸੁਣਾਉਣ ਦਾ ਨਹੀਂ ਆਦੇ ਪੈਦਾ ਲਾਓ ਲਫ਼ਜ਼ ਪੈਦਲ ਹੈ ਬੀਬੀਆਂ ਦੀ ਮੈਂ ਇਸ ਜਾਗੀਰ ਚ ਪੈਦਲ ਪੁੱਛਦੇ ਕਹਿੰਦਾ ਹੁਕਮੇ ਆਦੇ ਮੇਰੇ ਸਰਦਾਰ ਦਾ ਬੀਬੀਆਂ ਦੀ ਸਜਾ ਦੀ ਤੂੰ ਪੁੱਤਰ ਸਰਦਾਰ ਦਾ ਨਾਮ ਕਾਵੇ ਅਮਾ ਮਲਾਓ ਕੇ ਜ਼ਮੀਨ ਤੇ ਬੁਕਾਦ ਅੱਜਾ ਵੀ ਜ਼ਮੀਨ ਚਮਕੇ ਆਦੇ ਬਿਸਮਿਲਲਾ ਰਹਿਮਾਨ ਰਹੀਮ ਮੇਰੇ ਸਰਦਾਰ ਦਾ ਨਾਮ ਅੱਬਾਸ ਇਬਨੇ ਅਲੀ ਬੀਬੀਆਂ ਦੀ ਨਾਵਤ ਚਾ ਕਹਿ ਜਾ ਸੋਹਣਾ ਨਾਚ ਪੂਰੇ ਰਾਤ ਮੈਂ ਕੁਬਾਗੀ ਦੀ ਬੈਰ ਸਰੇ ਮੈਂ ਆਏ ਸਜਾ ਦੇ ਪਹਿਲਾ ਬੰਦਾ ਜੈ ਦੇ ਪਿਆਰ ਨਾਲ ਮੇਰੇ ਫਿਰਾ ਦਾ ਨਾਚ ਉੱਠ ਬਲਾ ਮੈਂ ਲਾਹਦੀਆ ਉੱਠ ਮੈਂ ਗਏ ਨਾ ਜਾ ਮਰੀਆਂ ਮੈਂ ਕੁਬਰਾ ਉਹਦਾ ਪਹਿਲਾ ਕਦਮ ਕਰਬਲਾ ਦੀ ਜ਼ਮੀਨ ਦੀ ਪੁਸ਼ਤ ਨਹੀਂ ਆਇਆ ਜ਼ਮੀਨ ਤਬ ਤੂੰ ਕੰਬਣ ਲੱਗ ਗਈ ਇਹ ਜ਼ਮੀਨ ਕੰਬਦੀ ਡਿੱਠਿਆ ਦੌੜਿਆ ਕਬਰਿਆ ਬਾਪ ਦੇ ਪਾਸੇ ਆ ਕੇ ਕਬਰ ਤੇ ਛੜ ਪਿਆ ਦੇ ਤੁਹਾਡੀ ਸਰਹੱਦ ਤੇ ਤ੍ਰੈ ਮਾਮਲ ਆਏ ਤੁਹਾਡੀ ਸਰਹੱਦ ਤੇ ਤ੍ਰੈ ਮਾਮਲ ਆਏ ਕਾਇ ਮੁਲਕ ਦੀ ਕਾਇ ਤੇ ਗੁਜ਼ਾਰੇ ਹੈ ਵਾਲ ਖੁੱਲੇ ਮਸਤੂਰਾਂ ਦੇ ਰੋਂਦਾ ਇੱਕ ਬਿਮਾਰੇ ਇੱਕ ਮਲ ਮਸਾ ਇੱਕ ਬੀਬੀ ਹੈ ਜਿਹੜੀ ਕਾਫਲੇ ਦੀ ਸਰਦਾਰ ਜਾਬਰ ਜਦਾ ਖਾਇ ਕੁਮਲ ਮਸਾ ਹੈ ਬੀਬੀ ਹੈ ਕਬਰ ਕੰਮ ਗਿਆ ਵਾ ਪਿਆਂ ਦਾ ਜਾਬਰ ਬਣ ਕੇ ਉਹ ਕੁਆਖ ਤੈਡਾ ਪੇਕਾ ਨਾਮ ਤਾਂ ਜ਼ੈਨਬ ਹਾਂ ਤੈਡਾ ਪੇਕਾ ਨਾਮ ਤਾਂ ਜ਼ੈਨਬ ਹਾਂ ਵਾਹ ਭਾਈ ਵਾਹ ਵਧੀਆ।